ਪਹਿਲਾਂ ਟੈਲੀਫੋਨ ਕਰੀ ਕਿ ਨਾ? ਹੈ ਪੁੱਤਰ ਜੀ, ਸਲਾਮ ਅਲੈਕਮ। ਹਾਂ ਹਾਂ, ਉਹ ਜਿਹੜੀ ਨਵੀਂ ਕੋਠੀ ਚਾੜਨੀਆਂ ਨੇ ਪੇ, ਮੈਂ ਉੱਠਾ ਪੁੱਜੀ ਆਇਆ। ਆਹੋ C4 ਹੈ ਆ, ਤਾਂ ਮੈਂ ਠੇਕੇਦਾਰ ਹੀ ਕੋਈ ਨਹੀਂ ਪਤਾ। ਹਾਂ, ਤੂੰ ਨਾ ਦੱਸਿਆ ਠੇਕੇਦਾਰ ਹੀ ਕੋਈ ਨਹੀਂ ਪਤਾ, ਤਾਂ ਮੈਂ ਜੁਲੀਆਂ ਅੰਦਰ ਤੱਕਾ ਹਾਂ। ਇਹ ਇਤਨਾ ਲੇਟ ਕੰਮ ਕੀਆਂ, ਮੁਕਣਾ ਹੀ ਨਹੀਂ ਪਿਆ। ਆ ਵੈਲਡਿੰਗ ਨਾ ਸਟੀਲ ਨਾ ਕੰਮ ਸਾਰਾ ਉੱਠੀ ਹੈ ਰਗੜਾਈਆਂ। ਆ ਮਾਰਬਲ ਵੀ ਹਾਂ, ਮੈਂ ਜੁਲਿਆ ਅੰਦਰ। ਆਹੋ ਬੰਦ ਕਰ। ਓ ਸ਼ਬੀਰ, ਉਹ ਇਹਦਾ ਮਕਾ ਕੰਮ ਹੈ ਕੀ? ਕਮਾਲ ਹੋ ਗਿਆ ਤੁਸਾਂ ਨੇ, ਟਾਈਮ ਤੋਂ ਕੋਈ ਧਿਆਨ ਲੱਗਿਆ। ਇਹਦਾ ਕੰਮ ਕਰਿਆ ਕਰੋ ਗਏ ਤਾਂ ਕੁਦਰ ਗਿਆ ਨਾ ਦੂਆ। ਅੱਛੂ ਅੱਛੂ, ਇਹਦਾ ਮਕਾ ਕੰਮ ਇਹਦਾ। ਅੱਛਾ ਗੱਲ ਸੁਣੋ, ਸ਼ੋਰ ਨਹੀਂ ਕਰਨਾ, ਮੈਂ ਇੱਕ ਫੋਨ ਕਰਨਾ ਜ਼ਰੂਰੀ, ਤੁਸਾਂ ਦੀ ਆਵਾਜ਼ ਬਿਲਕੁਲ ਨਾ ਆਵੇ। ਸਲਾਮ ਅਲੈਕਮ। ਹਾਂਜੀ ਹਾਂਜੀ, ਜੋ ਸਭ ਖੈਰੀਅਤ ਹੈ, ਠੀਕ ਹੋ? ਜੀ ਜੀ, ਹਾਂ ਕੰਮਾਂ ਭਰੀਆਂ। ਜੀ ਜੀ, ਉਹ ਬਸ ਇਹ ਕੰਮ ਥੋੜ੍ਹੇ ਦਿਨ ਰਹਿ ਗਿਆ। ਨਾ ਨਾ, ਫਿਕਰ ਹੀ ਨਾ ਕਰੋ, ਤੁਸਾਂ ਨਾਲ ਕੰਮ ਸ਼ੁਰੂ ਹੋ ਗਿਆ ਸੀ। ਉਹ ਪਤਾ ਕਿਆ, ਦੋ ਠੇਕੇ ਮਾੜੇ ਕੋਲ ਹੋਰ ਹਨ, ਪਤਾ ਇੱਕ ਉਹ ਪਲਾਜ਼ਾ ਚੌਧਰੀ ਨਹੀਂ ਚੌਧਰੀ ਕਬੀਰ, ਹਾਂ ਬਿਲਕੁਲ ਬਿਲਕੁਲ ਉਹੀ ਹੈ ਉਹੀ। ਉਸ ਨਾਲ ਪਲਾਜ਼ਾ ਸ਼ੁਰੂ ਕਰਨਾ, ਉਸ ਰੋਲਾ ਪਾਇਆ, ਕੰਮ ਨਾ ਬਿਆਨਾ ਜੀ ਕਿਆ ਪੁੱਛਣਾ, ਬਲਟਨ ਨਹੀਂ ਪਾਉਂ ਸਾਰਾ। ਇੱਕ ਉਹ ਕੋਠੀ ਹੈ, ਉਸ ਨਾਲ ਕੰਮ ਪਕੜਿਆ ਸੀ, ਬਿਆਨਾ ਵੀ ਮੈਂ ਲੈ ਲਿਆ। ਤਾਂ ਤੁਸੀਂ ਫਿਕਰ ਨਾ ਕਰੋ, ਤੁਸਾਂ ਨੇ ਕੰਮ ਮੁਕਾਣੇ ਆ ਕਿ ਬਸ ਇੱਧਰੋਂ ਇਹ ਲੇਬਰ ਆਉਂਦੇ ਨਾ ਫਾਰਗ, ਤਾਂ ਇਨਸ਼ਾਅੱਲਾ ਫਿਕਰ ਨਾ ਕਰੋ ਤੁਸਾਂ। ਉਹ ਕਿਆ ਹੋ ਗਿਆ? ਨਾ ਨਾ ਨਾ, ਉਹ ਤੁਸਾਂ ਭਾਈ ਹੋ ਗਏ, ਉਹ ਨਾ ਨਾ ਫਿਕਰ ਨਾ ਕਰੋ। ਅੱਛਾ ਹੋਰ ਸੁਣਾਓ, ਠੀਕ ਹੈ? ਉਹ ਤਾਂ ਮੈਂ ਆਉਣਾ ਕਿ ਤੁਸਾਂ ਕੋਈ 5 ਕੁ ਲੱਖ ਰੁਪਇਆ ਮਾੜੇ ਕੋਲ ਪਾ ਛੋੜੋ ਨਾ। ਨਹੀਂ ਪਤਾ ਕਿਆ, ਜ਼ਰੂਰਤ ਹੋਣੀ ਹੈ ਨਾ, ਲੇਬਰ ਕੀ ਵੀ ਦੇਣਾ, ਸੋਮਾ ਬਲਾਤ ਹੈ। ਕਿਆ ਖਣੇ ਹੋ? ਇਹ ਮਾੜਾ ਕੰਮ ਕਦੋਂ ਮੁਕਸੀ ਤੇ ਲੇਬਰ ਕੀ ਤੇ 5 ਲੱਖ ਰੁਪਇਆ ਹੈ? ਓਹੋ, ਤੁਸਾਂ ਨੇ ਲੱਗੇ ਨਾ ਮਜ਼ਦੂਰ, ਕੀ ਹੋ ਗਿਆ? ਲੱਗਣ ਕਿਤਨਾ ਅਰਸਾ ਆ ਗਿਆ ਕਿ ਮੈਂ ਟੱਕਣ ਲੱਗੇ ਆ। ਮਾੜਾ ਇਹ ਕੋਠੀ ਮੁਕੰਮਲ ਨਹੀਂ ਹੋਣੀ ਸੀ, ਪੁੱਤਰ ਉਤਰੂ ਟੈਲੀਫੋਨ ਕਰਨੇ। ਅੱਬਾ ਜਾਇਆ ਕਰੋ, ਅੱਬਾ ਜਾਇਆ ਕਰੋ, ਮੈਂ ਰੋਜ਼ ਪੁੱਤਰ ਇਤਰ ਅੱਛਾ ਕਰਾਂ। ਤੁਸਾਂ ਨੱਟਾ ਨੱਟ ਰੱਖੀ ਗਏ ਤੇ ਪਲਾਜ਼ਾ ਬਣਾ ਲਗਾ ਤੇ ਕੋਠੀ ਬਣਾ ਲਗਾ, ਇਹ ਕੰਮ ਚ ਭੁੱਲ ਹੋਇਆ ਜੀ ਕੇ ਮਾਰਬਲ ਨਾ ਕੰਮ ਰਹਿਣਾ ਸੀ ਉੱਥੀ ਹੈ ਦਰਵਾਜ਼ੇ, ਔਰ ਮੈਂ ਸ਼ਾਬਾਸ਼ ਦੇਣਾ ਉਹ ਮੁੰਡਾ ਨਿਆਜ਼ੀ ਹੈ ਜਿਹੜਾ ਸੰਗੋਟ ਨਾ, ਉਸ ਮਾਸ਼ਾਅੱਲਾ ਸਾਰਾ ਕੰਮ ਕਰੀ ਛੋੜਿਆ। ਸਟੀਲ ਨਾ ਕਿਤਨਾ ਸਟੀਲ ਨੇ ਦਰਵਾਜ਼ੇ ਲਾਏ ਸੇ, ਚਾਰ ਚ ਫੇਰੀ ਸਟੀਲ ਨਾ ਕੰਮ ਕੀਤਾ ਸੇ, ਸੀੜੀਆਂ ਚ ਲਾਈ ਛੋੜਿਆ ਸੇ। ਠੇਕੇਦਾਰ ਜੀ ਇਹ ਕੰਮ ਛੋੜ ਦਿਓ, ਜੁਲਫੀ ਉਹ ਮੈਂ ਜੁਲਫੀ ਦੀ ਸੁਣਨਾ ਚਾਹੁੰਦਾ, ਸਦੀਕ ਨੇ ਪੁੱਠੇ ਕੰਮ ਨਾ।
ਓਹੋ ਮਾੜਾ ਸਾਹਿਬ ਅੰਦਾਜ਼ਾ ਮਿਲਾਇਆ ਤੁਸੀਂ ਬਹੁਤ ਗਰਮੀ ਚ ਆਇਓ ਤੇ ਤੱਪੇ ਆਇਓ। ਖੈਰ ਇਹਨਾਂ ਘਰੋਂ ਕੋਈ ਲੜਾਈ ਤਾਂ ਨਾ ਕਰੀਦਾ ਆਏ? ਸਾਰਾ ਕੁਝ ਬੇਇੱਜ਼ਤੀ ਕਰੀ ਤੇ ਹੁਣ ਯਾਦ ਆ ਕੇ ਚਾਹ ਪੀਤੀ ਏ। ਕੰਮ ਮੁੜੇ ਲੱਗੇ ਨਾ, ਕੀ ਤੁਸੀਂ ਫਿਕਰ ਕਰਨੇ ਹੋ? ਕਹਿਣੇ ਹੁਣ ਮੈਂ ਵੀ ਮਜ਼ਦੂਰਾਂ ਨਾਲ ਲੱਗੀ ਜਾ। ਬੇਵਕੂਫ ਹੈ, ਮੈਂ ਬੇਵਕੂਫ ਨਾ, ਮਾੜਾ ਦਿਮਾਗ ਨੀ ਕੰਮ ਕਰਨਾ, ਮੈਂ ਬੜਾ ਤੇਜ਼ ਹਾਂ। ਮਤਲਬ ਦਿਮਾਗ ਇਹ ਮਜ਼ਦੂਰ ਫੇਰ ਛੱਡਣੇ ਨਾ, ਮੈਂ ਥੋੜਾ ਨਾ ਲੈਂਦਾ ਕੋਈ ਚੈੱਕ ਤਾਂ ਕਰਾਉਣਾ ਜੀ, ਕਿਆ ਕੁਝ ਪੁੱਠਾ ਪੁੱਜਿਆ ਕੰਮ ਮੈਂ ਪੁੱਤਰਾਂ ਕੀ ਹੋ ਗਿਆ? ਚੈੱਕ ਚੈੱਕ ਨਹੀਂ, ਇਸ ਤਰ੍ਹਾਂ ਨਹੀਂ, ਮੈਂ ਕੈਸ਼ ਲੈਣਾ, ਚੈੱਕ ਵਾਲੀ ਗੱਲ ਛੋੜ ਦਿਓ। ਮੈਂ ਟਕਣਾ ਚਣਾ ਕੇ ਪੁੱਠਾ ਪਹੁੰਚਿਆ ਕੋਠੀ ਨਾ ਕੰਮ, ਮਾਰਬਲ ਲੱਗਾ ਦਰਵਾਜ਼ੇ ਲੱਗੇ, ਪੁੱਠਾ ਪੁੱਜਿਆ ਕੰਮ। ਉਹ ਕੁੱਥੇ ਕੇ ਪੁੱਜਿਆ ਸੀ? ਟਾਇਰ ਲੱਗੇ ਨੇ, ਕੁੱਥੇ ਪੁੱਜਿਆ? ਜਿਹੜਾ ਕੋਠੀ ਉੱਥੇ ਹੀ ਸੀ। ਮੈਂ ਚੈੱਕ ਕਰਾਉਣਾ। ਚੈੱਕ ਕਰਾ ਜੁਲੋ ਫਿਰ। ਹਾਂ, ਇਤਨੀਆਂ ਖਫਕੀਆਂ ਕਰੂ, ਕੁੱਲੀ ਦਾ ਆਇਓ ਤੁਸੀਂ। ਤੁਸੀਂ ਪਤਾ ਜੇਦੀ ਨੇ ਨਾ ਬੋਲਾਂਗੇ। ਜੱਦੀ ਆਪੇ ਨੀ ਬੋਲਣਾ, ਜੱਦੀ ਨੇ ਕੰਮ ਬੋਲਣਾ। ਇਹ ਦੇਖੋ ਹਾਂ, ਜੱਦੀ ਨੇ ਕੰਮ ਬੋਲਣਾ, ਮੈਂ ਆਣਾ ਜੀ, ਕੀ ਬਾਤ ਹੈ? ਮਜ਼ਾਕ ਕੀਤਾ, ਮਜ਼ਾਕ ਕੀਤਾ। ਓਹੋ, ਇੱਥੇ ਸੋਫੇ ਲੱਗ ਸਨ, ਬੈਡ ਲੱਗ ਸਨ, ਹੈਂਜੀ, ਇਹ ਤਾਂ ਖੋਲੋ ਨਾ। ਇੱਥੇ ਕਿਆ ਕੁੜੀਆਂ ਡੱਕੀਆਂ ਨੇ, ਇਹ ਖੋਲੋ ਨਾ, ਚੈੱਕ ਕਰਾ ਛੋੜਿਆ ਨਾ। ਇਹ ਦੇਖੋ, ਦਰਵਾਜ਼ੇ ਬੰਨਣ ਪਏ ਤੇ ਨਾਲ ਹੀ ਰਗੜਾਈਆਂ ਹੋਣੀਆਂ ਨੇ ਪੀਆਂ। ਕਿਆ ਬਾਤ ਹੈ, ਇਹ ਦਰਵਾਜ਼ਿਆਂ ਦੀ ਬਾਅਦ ਇਸੇ ਰੰਗ ਰੋਗਨ ਕੀਤਾ ਗਿਆ ਸੀ। ਕਿਆ ਬਾਤ ਹੈ ਜੇਦੀ ਜੀ, ਮੈਂ ਜੀ ਕੇ ਸੀੜੀਆਂ ਪਰ ਜਿਹੜੀ ਰੀਲਿੰਗ ਹੋਈ ਹੈ ਨਾ, ਕਮਾਲ ਹੈ। ਹਾਏ 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 ਹਾਏ, ਬੱਲੇ ਬੱਲੇ, ਉਹ ਮਿਹਨਤ ਕੀਤੀ ਹੈ ਨਾ, ਉਹ ਕਾਰੀਗਰ ਲਾਏ ਚੋਟੀਆਂ ਨੇ ਮੈਂ। ਹਾਂ ਹਾਂ ਹਾਂ।
ਉਹ ਸਦੀਕ ਉਹ ਤਾਇਆ ਤਾਂ ਅਮਲ ਲੱਗੇ ਆ ਤਾਂ ਅਸੀਂ ਸਦੀਕ ਤਾਂ ਕੰਮ ਲੱਗੇ ਆ ਮੂੰਹ ਤਾਂ ਮੇਹ ਵਰਵਾਸੇ ਯਾਰ ਬਣਸੀ ਉਹ ਬਣਸੀ ਕਿਆ ਤਾਇਆ ਕਿ ਮੈਂ ਤਾਂ ਮੁਫਤ ਆ ਮੈਂ ਹਾਂ ਇਹ ਮੁਫਤ ਹੈ ਪਤਰੀਆ ਮਾਣਾ ਮੁਫਤ ਤੇ ਜੇਤੀ ਰੁਪਈਏ ਲੱਖਾਂ ਰੁਪਈਏ ਪਤਰੀਆ ਮੁਫਤ ਉਹ ਗੱਲ ਤਾਂ ਸੁਣਾ ਤੂੰ ਮੈਂ ਹੁਣ ਤੂੰ ਮੁਫਤ ਕਰਨਾ ਨਾ ਸੱਤ ਪੰਜਾ ਸਾਰੀ ਜਿਹੜੀ ਜਦੋਂ ਕੋਈ ਕੋਠੀ ਮਕਾਨ ਸ਼ੁਰੂ ਕਰੋ ਤੇ ਨਜ਼ਰ ਰੱਖਿਆ ਕਰੋ ਠੇਕੇਦਾਰਾਂ ਪਰ ਵੀ ਸਾਰਿਆਂ ਪਰ ਨਜ਼ਰ ਰੱਖਿਆ ਕਰੋ ਤਾਂ ਕਿ ਕੰਮ ਜਲਦੀ ਮੁੱਕੇ ਇੱਥੇ ਦੋ ਦੋ ਤਰ੍ਹਾਂ ਤਰ੍ਹਾਂ ਠੇਕੇ ਲਈ ਕੇ ਤਾਂ ਅਗਲੇ ਤਰ੍ਹਾਂ ਤਰ੍ਹਾਂ ਜਾਂ ਉਹ ਲੇਬਰ ਕੰਮ ਕਰਦੀ ਹੈ ਕਿ ਮੈਂ ਕੰਮ ਕਰਦੀ ਕੋਈ ਸਾ ਕਹਿ ਮੈਂ ਅੱਛਾ ਠੀਕ ਮੈਂ ਦੱਸਣਾ ਨਾ ਅਗਰ ਮੈਂ ਇਹ ਲਿਆ ਠੇਕਾ ਕੱਟ ਹਾਂ ਤਾਂ ਦਿਨ ਜਾਸੀ ਮਾੜਾ ਕੱਟ ਆਣੋ ਖੱਟ ਆਹ ਜਾਣਾ ਨਹੀਂ ਘਾਟਾ ਪਈ ਗਿਆ ਆਓ ਆਈ ਜਾਓ ਆਈ ਜਾਓ